ਸਰਕਾਰਾਂ ਵੱਲੋਂ ਲੋਕਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਉਣ ਦੇ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਜੋ ਰਾਸ਼ਨ ਸਰਕਾਰਾਂ ਵੱਲੋਂ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਉਹ ਕਈ ਵਾਰ ਲੋਕਾਂ ਦੇ ਖਾਣ ਦੇ ਕਾਬਿਲ ਨਹੀਂ ਨਿਕਲਦਾ। ਇਸਦੀ ਤਾਜ਼ਾ ਮਿਸਾਲ ਫਗਵਾੜਾ ਦੇ ਚਾਚੋਕੀ ਵਿਖੇ ਵੇਖਣ ਨੂੰ ਮਿਲੀ, ਜਿੱਥੇ ਕਣਕ ਲੈਣ ਆਏ ਲੋਕਾਂ ਨੂੰ ਜਦ ਪਤਾ ਲੱਗਾ ਕਿ ਕਣਕ ਖਰਾਬ ਹੈ ਤਾਂ ਲੋਕਾਂ ਵਿੱਚ ਕਾਫ਼ੀ ਰੋਸ਼ ਵੇਖਣ ਨੂੰ ਮਿਲਿਆ। ਲੋਕਾਂ ਦਾ ਕਹਿਣਾ ਹੈ ਕਿ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਘੰਟਿਆਂ ਬੱਧੀ ਇੰਤਜ਼ਾਰ ਕਰਨ ਤੋਂ ਬਾਅਦ ਘਟੀਆ ਕਿਸਮ ਦੀ ਨਾ ਖਾਣਯੋਗ ਕਣਕ ਉਹਨਾਂ ਨੂੰ ਘਰ ਲੈ ਕੇ ਜਾਣੀ ਪੈ ਰਹੀ ਹੈ। ਕਿੰਨੀ ਦੇਰ ਤੋਂ ਤੁਸੀਂ ਖੜੇ ਆ ਤੇ ਕਿੰਨੀ ਦੇਰ ਬਾਅਦ ਤੁਹਾਨੂੰ ਕਣਕ ਮਿਲ ਰਹੀ ਹੈ? ਇਹ ਸਾਨੂੰ ਡੇਢ ਘੰਟਾ ਤਾਂ ਹੋ ਗਿਆ, ਤੋਂ ਡੇਢ ਘੰਟਾ ਹੋ ਗਿਆ। ਬਾਕੀ ਇੱਕ ਹੋਰ ਸੁਝਾਅ ਸੁਣੋ ਜੀ। ਹਾਂਜੀ, ਇਹ ਟਾਈਮ ਗਲਤ ਆ, ਇਹ ਤਾਂ ਕਣਕ ਮੁੱਲ ਤੋਂ ਵੀ ਮਹਿੰਗੀ ਪੈ ਗਈ। ਕੀ ਇਹ ਮੁਫ਼ਤ ਮਿਲ ਰਹੀ ਆ? ਆ ਬੰਦੇ ਜਿਹੜੇ ਕੰਮਾਂ ਤੇ ਜਾਣ ਵਾਲਿਆਂ ਨੂੰ ਬੜੀ ਪਰੇਸ਼ਾਨੀ ਆ। ਇਹ ਟਾਈਮ ਗਲਤ ਆ ਜੀ, ਔਰ ਕਣਕ ਸਾਫ ਮਿਲਣੀ ਚਾਹੀਦੀ। ਜੇ ਤੇ ਸਰਕਾਰਾਂ ਤੋਂ ਕੀ ਮੰਗ ਰੱਖਦੇ ਆ? ਸਰਕਾਰਾਂ ਕੋਲ ਕੀ ਮੰਗ ਰੱਖਦੇ ਆਪਾਂ? ਮੰਗ ਤੇ ਆ ਜੀ, ਜਿਹੜਾ ਕੰਮ ਹੋ ਰਿਹਾ ਬੜਾ ਵਧੀਆ ਹੋਵੇ, ਫੇ ਇਦਾਂ ਥੋੜੋ ਹੈਗਾ। ਇਹ ਤਾਂ ਇੱਕ ਮੱਥਾ ਟੰਮਣੀ ਆ। ਤੇ ਸਰ, ਇਹ ਡਿਪੂ ਕਿਹਦਾ ਵਾ? ਡਿਪੂ ਹੋਲਡਰ ਕੌਣ ਆ? ਹਾਂਜੀ, ਸਰਬਜੀਤ ਦਾ। ਹਾਂਜੀ, ਚਲ ਮੈਂ ਤਾਂ ਸਾਰਿਆਂ ਤੋਂ ਪਹਿਲਾਂ ਆਈ ਸੀਗੀ, ਮੈਨੂੰ ਮਿਲ ਗਈ ਆ ਨਾ। ਹਾਂਜੀ, ਤੇ ਪਰ ਦਾਣੇ ਖਰਾਬ ਆ, ਤਾਂ ਖਾਣ ਯੋਗ ਨਹੀਂ ਹੈਗੇ। ਦਾਣੇ ਸਾਰੇ ਖਰਾਬ ਆ? ਹਾਂਜੀ, ਸਾਰੇ ਖਰਾਬ ਆ, ਕਾਲੀ ਹੋਈ ਪਈ। ਕੀ ਸਰਕਾਰਾਂ ਵੱਲ ਨੂੰ ਅਪੀਲ ਕਰਨਾ ਚਾਹੁੰਦੇ? ਦੇਖ ਲਓ ਤੁਸੀਂ, ਆਪਾਂ ਆਪ ਦੇਖ ਲਓ, ਬੋਰੇ ਖੋਲ ਕੇ ਕਿੱਕਾ ਨਾ ਕਹਿੰਦਾ, ਪੂਰਾ ਖਰਾਬ, ਪੂਰੀ ਖਰਾਬ। ਬੰਦੇ ਦੇ ਖਾਣ ਵਾਲੀ ਹੈ ਹੀ ਨਹੀਂ, ਇਨਸਾਨ ਆ, ਪਸ਼ੂਆਂ ਤਾਂ ਖਾਣੀ ਨਹੀਂ, ਪਸ਼ੂਆਂ ਤਾਂ ਨਹੀਂ ਖਾਣੀ, ਇਨਸਾਨ ਆ। ਸਰਕਾਰ ਕਿੰਨੇ ਚਿਰ ਬਾਅਦ ਦਾਣੇ ਆਟਾ ਲਿਆ ਖਾਂਦੇ, ਮੁੰਡਾ ਮੇਰਾ ਮੰਜੇ ਤੇ ਬੈਠਾ ਆ। ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ? ਇਹ ਕਹਿੰਦੀ ਆ ਮੰਗ ਵੀ ਜਿਹਨਾਂ ਨੂੰ ਲੋੜ ਆ ਉਹਨੂੰ ਚੀਜ਼ ਤੁਸੀਂ ਸਹੀ ਦੇਵੋ। ਬੇਟਾ ਮੇਰਾ ਪਹਿਲੇ ਜੋ ਹੋਇਆ ਉਹਨੂੰ 6 ਸਾਲ ਹੋ ਗਏ ਮੰਜੇ ਤੇ ਬੈਠੇ, ਸਾਡਾ ਇਹ ਸਹਾਰਾ। ਡਿਪੂ ਕਿਹਦਾ ਵਾ? ਡਿਪੂ ਕਹਿਣਾ ਵਾ ਵੇ, ਡਿਪੂ ਸਾਬੀ ਦਾ ਆ। ਸਾਬੀ ਦਾ? ਹਾਂ, ਸਾਬੀ ਸਹੀ ਆ, ਸਾਬੀ ਮਾੜਾ ਨਹੀਂ ਹੈਗਾ। ਹੁਣ ਪਿੱਛੇ ਜਿੱਦਾਂ ਸਮਾਨ ਆਉਂਦਾ ਉਹਨੂੰ ਉੱਦਾਂ ਦੇ ਦੇਣਾ। ਮੇਰਾ ਨਾਮ ਰਜੇਸ਼ ਹੈ ਜੀ। ਹੈਂ? ਰਜੇਸ਼। ਰਜੇਸ਼ ਜੀ, ਕਿੱਥੇ ਰਹਿੰਦੇ ਆਪਾਂ? ਇਹ ਚਾਚੂ ਕੀ ਕਲੋਨੀ ਰਹਿੰਦੇ ਆ। ਹਾਂ ਸਰ, ਕੀ ਮਾਮਲਾ ਕੀ? ਅੱਜ ਜਿਹੜਾ ਕਣਕ ਲੈਣ ਆਏ ਜੀ, ਸਾਰੇ ਕਣਕ 'ਚ ਮਿੱਟੀ ਹੈ ਜੀ, ਆਹ ਦੇਖੋ ਜੀ। ਹਾਂਜੀ, ਆਹ ਦੇਖੋ, ਸਾਰੀ ਮਿੱਟੀ ਹੈ ਜੀ ਕਣਕ ਦੇ ਵਿੱਚ। ਕਣਕ ਆਹ ਗਲੀ ਪਈ ਹੈ ਜੀ, ਪੂਰੇ ਇਨਸਾਨਾਂ ਦੇ ਖਾਣ ਵਾਲੀ ਹੈ ਨਹੀਂ ਜੀ। ਦੱਸੋ, ਇਹਦੇ ਵਿੱਚ ਸਾਨੂੰ ਸਿਰਫ ਮਿੱਟੀ ਦਿੱਤੀ ਜਾਂਦੀ ਹੈ ਜੀ। ਗੌਰਮੈਂਟ ਤੋਂ ਇਹੀ ਸਾਨੂੰ ਕੀ ਮੰਗ ਰੱਖਦੇ ਆ ਪ੍ਰਸ਼ਾਸਨ ਕੋਲ? ਗੌਰਮੈਂਟ ਤੋਂ ਇਹ ਦੱਸੋ, ਸਾਫ ਸੁਥਰੀ ਕਣਕ ਦੇਣ, ਜਿੰਨੀ ਵੀ ਦਿੰਦੇ ਆ ਸਾਫ ਸੁਥਰੀ ਦੇਣ। ਆ ਸਾਰੀ ਮਿੱਟੀ ਦਿੰਦੇ ਜੀ, ਸਾਡੇ ਖਾਣ ਯੋਗੀ ਹੈਗੀ, ਨਹੀਂ ਖਾਊਗੇ ਜੀ। ਕਿੰਨੀ ਦੇਰ ਹੋ ਗਈ ਆਪਾਂ ਨੂੰ ਇੱਥੇ ਖੜਿਆਂ ਨੂੰ? ਇੱਥੇ ਸਾਨੂੰ ਜੀ 1.5 ਘੰਟਾ ਹੋ ਗਿਆ ਜੀ ਖੜੇ। 1.5 ਘੰਟੇ ਬਾਅਦ ਨੰਬਰ ਲੱਗਾ? ਕਿੰਨੀ ਕਣਕ ਮਿਲੀ ਆਪਾਂ ਨੂੰ? ਸਾਨੂੰ 45 ਕਿਲੋ ਮਿਲੀ ਹੈ ਜੀ। 45 ਕਿਲੋ? ਹਾਂਜੀ। ਤੇ ਕੀ ਮਤਲਬ ਕਿ ਸਰਕਾਰਾਂ ਕੋਲ ਮੰਗ ਰੱਖਦੇ? ਸਰਕਾਰਾਂ ਕੋਈ ਮੰਗਦੇ, ਸਾਨੂੰ ਕਣਕ ਸਾਫ ਸੁਥਰੀ ਦੇਣ, ਵਧੀਆ ਦੇਣ। ਕਿਹਦਾ ਡਿਪੂ ਇਹ? ਸਰਬਜੀਤ ਦਾ ਡਿਪੂ ਹੈ ਜੀ, ਸਾਬੀ ਦਾ। ਇਸ ਸੰਬੰਧੀ ਜਦ ਸੰਬੰਧਿਤ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਣਕ ਦੀਆਂ ਸਾਰੀਆਂ ਬੋਰੀਆਂ ਖਰਾਬ ਨਹੀਂ ਹੁੰਦੀਆਂ, ਤੇ ਜਿਹੜੀ ਕਣਕ ਦੀ ਬੋਰੀ ਖਰਾਬ ਹੁੰਦੀ ਹੈ ਉਸ ਨੂੰ ਬਦਲ ਦਿੱਤਾ ਜਾਂਦਾ ਹੈ। ਕੀ ਹੈ ਜਿਹੜਾ ਅੱਜ ਤੁਸੀਂ ਡਿਪੂ ਦੇ ਬਾਹਰ ਖੜੇ ਆ? ਕਣਕ ਵੰਡ ਰਹੇ ਆ ਜੀ ਸਰਕਾਰੀ। ਹਾਂਜੀ, ਕਣਕ ਲੋਕਾਂ ਦਾ ਆਰੋਪ ਆ ਕਿ ਕਣਕ ਸਾਫ਼ ਸੁਥਰੀ ਨਹੀਂ ਹੈਗੀ। ਭਾਅ ਜੀ, ਸਾਰੀ ਸਾਫ਼ ਹੈ ਜੀ, ਕੋਈ ਇੱਕ ਅੱਧਾ ਹੋਊਗਾ ਉਹ ਚੇਂਜ ਕਰਾ ਦਿੱਤਾ ਜਾਊਗਾ। ਮਹਿਕਮੇ ਦੀਆਂ ਹਦਾਇਤਾਂ ਸਨ, ਉਹ ਕਹਿੰਦੇ ਰੱਖ ਲਓ, ਚੇਂਜ ਹੋ ਜਾਊਗੀ। ਅਤੇ ਕਣਕ ਕੀਮਤ ਦੀ ਪੂਰੀ ਤੋਲ? ਉਹ ਦੇਖੋ ਜੀ, ਪੂਰਾ ਕੰਡਾ ਉੱਪਰ ਤਸੱਲੀ ਕਰਾ ਕੇ ਪਬਲਿਕ ਦੀ ਫੇਰ ਤੋਲ ਰਹੇ, ਜਿਹੜਾ ਮਰਜ਼ੀ ਆਪਣਾ ਤਸੱਲੀ ਕਰਕੇ। ਆਪਣਾ ਡਿਪੂ ਹੈ ਕਿੱਥੇ? ਮਤਲਬ ਕਿ ਆਪਣਾ ਡਿਪੂ ਕਿਸ ਨਾਂ ਦਾ ਜੀ? ਅਤੇ ਇੱਧਰ ਇਹ ਕਿਹੜੀ ਜਗ੍ਹਾ? ਜਗ੍ਹਾ ਰੱਖਣ ਨੂੰ ਹੈ ਨਹੀਂ, ਇਸ ਲਈ ਇੱਥੇ ਰੱਖ ਕੇ। ਇਹ ਕਿਹਨਾਂ ਦੀ ਜਗ੍ਹਾ ਵਾ ਮੇਨ? ਇਹ ਚਮਨ ਲਾਲ ਦੇ ਪ੍ਰਧਾਨ ਜੀ ਦੀ ਖਾਲੀ ਜਗ੍ਹਾ ਜੀ। ਖਾਲੀ ਜਗ੍ਹਾ ਸੀਗੀ ਇੱਥੇ ਡਿਪੂ? ਮਤਲਬ ਹਰ ਵਾਰੀ ਇੱਥੇ ਹੀ ਮਿਲਦੀ ਕਣਕ? ਜਦੋਂ ਖੋਲ੍ਹ ਕੇ ਵੰਡਣੀ ਉਦੋਂ ਇੱਥੇ ਵੰਡ ਦੇਈ ਦੀ ਹੈ ਜੀ, ਨਹੀਂ ਤਾਂ ਉੱਧਰ ਵੰਡ ਦੇਈ ਦੀ।